ਜਿਨ੍ਹਾਂ ਨੇ ਪਰਮਾਤਮਾ ਵਿੱਚ ਲੀਨ ਹੋਣਾ। ਗੁਰੂ ਨਾਨਕ ਦੇ ਘਰ ਵਿੱਚ ਸਿੱਖਿਆ ਸਿੱਖ ਬਣ ਕੇ ਆਖੋ ਸਤਨਾਮ। ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਆਪਾਂ ਸਤਿਗੁਰੂ ਕਿਰਪਾ ਕਰ ਹੈਲੋ ਕਿਵੇਂ ਲੀਨ ਹੋਈਏ, ਇਹ ਸੰਸਾਰ ਕੀ ਹੈ, ਜਨਮ ਕੀ ਹੈ, ਮੌਤ ਕੀ ਹੈ, ਜੀਵਨ ਕੀ ਹੈ, ਵਿਚਾਰ ਕਰੀਏ ਕਿਵੇਂ ਸੀ। ਗੁਰੂ ਸਵਾਰੀ ਸਾਧ ਸੰਗਤ ਜੀ ਅੱਛਾ ਪੂਰੇ ਸੰਸਾਰ ਦੇ ਮੋਹ ਦੀਆਂ ਗੰਗਲਾਂ ਨੇ ਉਹ ਸੱਚ ਨੂੰ ਭੁਲਾ ਦਿੱਤਾ। ਸਿਰ ਜੀ ਕਹਿੰਦੇ ਜੀਵ ਸਚਿਆਰਾ ਹੋ ਰਹੀ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜਾ ਕੀ ਚੱਲਣਾ ਨਾਨਕ ਲਿਖਿਆ ਨਾ ਤੇ ਮੁੱਖ ਉਜਲ ਸਦਾ ਸੁਖੀ ਨਾਨਕ ਸਿਮਰਤੇ। ਉਹ ਸਦਾ ਸੁਖੀ ਹੋ ਜਾਂਦੇ ਨੇ। ਜਗਤ ਵਿੱਚ ਕੋਈ ਵੀ ਆਇਆ, ਵੱਡੇ ਵੱਡੇ ਧਨਵੰਤ, ਵੱਡੇ ਵੱਡੇ ਕੁਲਵੰਤ, ਰਾਜਾ ਮਾਨ ਧੰਤ, ਐਡਾ ਵੱਡਾ ਸ਼ਕਤੀਸ਼ਾਲੀ ਰਾਜਾ ਹੋਏ, ਉਸ ਦਾ ਜਿਹੜਾ ਰਾਤੀ ਜਦੋਂ ਧਰਤੀ 'ਤੇ ਚੱਲਿਆ ਤਾਂ ਸੱਤ ਸਮੁੰਦਰ ਬਣ ਗਏ। ਪਰ ਆਤਮਾ ਦੇ ਗਿਆਨ ਤੋਂ ਬਿਨਾਂ, ਪਰਮਾਤਮਾ ਵਿੱਚ ਲੀਨ ਹੋਣ ਤੋਂ ਬਿਨਾਂ ਉਹ ਵੀ ਖਾਲੀ ਚਲਿਆ ਗਿਆ। ਸਤਨਾਮ ਸ਼੍ਰੀ ਵਾਹਿਗੁਰੂ। ਰਾਜਾ ਕਿੱਥੋਂ ਹੋਇਆ ਗੁਰਦੁਆਰਿਆਂ ਜੀ ਕਾ ਧਿਆਨ ਧਾਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ। ਭਾਣਾ ਮਨੰਦਾ ਵੱਲ ਬਖਸ਼ਣਾ ਜੀ, ਪਰਿਵਾਰ ਨੂੰ ਨਾਮ ਦਾਨ ਗੁਰ ਸਿੱਖੀ ਦਾਨ ਦੀ ਦਾਤ ਬਖਸ਼ਣੀ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਅੰਗ ਤਾਂ ਕੇ ਸਹਿਤਾ ਕਰਨੀ, ਕਾਮ ਕ੍ਰੋਧ ਲੋਹਕਾਰ ਦਾ ਨਾਸ ਕਰਨਾ, ਗੁਰਮਤ ਦਾ ਪ੍ਰਕਾਸ਼ ਕਰਨਾ, ਏਕ ਲਖ ਪਾਕ ਬਖਸ਼ਣਾ ਤੇ ਪਿਤਾ ਵਾਹਿਗੁਰੂ। ਕਈ ਦਿਨਾਂ ਤੋਂ ਲੈ ਕੇ ਇਸ ਦੇ ਪਿਤਾ ਵਾਹਿਗੁਰੂ ਸਰਕਾਰ ਦੇ ਵੱਲੋਂ ਆਤਮ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਸਨ ਜੀ। ਆਪ ਆਪ ਸੰਪੂਰਨਤਾ ਦੇ ਪਿਤਾ ਵਾਹਿਗੁਰੂ ਸਭ ਕੀ ਕੀਤਾ ਗਿਆ ਤੇ ਪਿਤਾ ਵਾਹਿਗੁਰੂ। ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਹੈ ਜੀ, ਪਰਿਵਾਰ ਦੇ ਵੱਲੋਂ ਸੁੰਦਰ ਪੈਸਾ ਕੇ ਭੇਟ ਬਣਾਏ ਗਏ ਹਨ ਜੀ। ਲੋਕ ਪ੍ਰਲੋਕ ਵਿੱਚ ਪੜ੍ਹਦੇ ਕਦੀ ਆਪਣੇ ਪਵਿੱਤਰ ਰੂਪੋਂ ਬਖਸ਼ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰੋੜਾਂ ਅਤੇ ਚਲਣ ਦੀ ਸਮਰੱਥਾ ਬਖਸ਼ਣੀ। ਸਰਬੱਤ ਦੇ ਕਾਰਜ ਰਾਸ ਕਰਨੇ ਸੇ ਸੰਤਿਆਰੇ ਵੇਦਦਾਤਾ, ਜਿੰਨਾ ਮਿਲਿਆ ਆਪ ਜੀ ਦਾ ਨਾਮ ਜਿੱਤਾ ਵੈ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ। ਸੰਸਕਾਰ ਸਰਦਾਰ ਗੁਰਦਿਆਲ ਸਿੰਘ ਇਹਦੇ ਪਿਤਾ ਜੀ, ਕਿਹੜੀ ਮਿਹਨਤ ਸਖਤ ਕਰਕੇ ਇਹਨਾਂ ਨੂੰ ਇੰਨਾ ਲਾਇਕ ਬਣਾਇਆ। ਕੋਈ ਬਾਹਰਲੇ ਦੇਸ਼ਾਂ ਅਮਰੀਕਾ 'ਚ ਫਿਰਦੇ ਨੇ, ਵਿਚਰਦੇ, ਕੋਈ ਇੱਥੇ ਫਿਰਦੇ ਨੇ, ਇਹ ਇਹਨਾਂ ਦਾ ਬਹੁਤ ਵੱਡੀ ਵਿਲੱਖਣ ਸੀ। ਇਸ ਕਰਕੇ ਕਹਿ ਰਹੇ ਕਿ ਆਪਾਂ ਤਾਂ 2 ਘੰਟੇ ਸ਼ੋਅ ਕਰਕੇ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਲਈ ਖੜ੍ਹੇ ਹੋਏ ਹਾਂ। ਵੀ ਉਹਨਾਂ ਦੀ ਵੱਡੇ ਮਹਾਂਪੁਰਸ਼ਾਂ ਨਾਲ ਵੀ ਜਾ ਬਾਹਰਲੇ ਦੇਸ਼ਾਂ ਜਾਂਦੇ, ਅਮਰੀਕਾ, ਉਹ ਪਰਿਵਾਰ ਨਾਲ, ਇਹਨਾਂ ਨਾਲ, ਬੱਚਿਆਂ ਨਾਲ,
ਉਹਨਾਂ ਦੀਆਂ ਗੱਲਾਂ ਇੱਥੇ ਵੀ ਕਈ ਵਾਰ ਅਸੀਂ ਕਰਦੇ, ਇਹ ਸੁਖਦੇਵ ਸਿੰਘ ਵੀ ਕਰਦਾ ਵੀ ਬਾਬਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਨੇ, ਕਰਦੇ ਰਹੇ, ਕਿਵੇਂ ਬੱਚੇ ਛੋਟੇ ਉਹਨਾਂ ਦੇ ਕਿਵੇਂ ਖੇਡਦੇ ਸੀ। ਸੋ ਉਸ ਕਰਕੇ ਜਿੰਨਾ ਵੀ ਮੌਤ ਹੈ, ਮਰਨਾ ਸੱਚ ਹੈ, ਜਿਉਣਾ ਹੀ ਝੂਠਾ ਸੰਸਾਰ ਦੇ ਅੰਦਰ। ਜੇ ਕਿਸੇ ਨੂੰ ਗਿਆਨ ਵੀ ਹੋਇਆ ਨਾ ਗਿਆਨ, ਮੌਤ ਤਾਂ ਹੋਇਆ, ਮੌਤ ਇੱਕ ਦਿਨ ਜਾਣ ਹੈ ਇਸ ਵੇਲੇ। ਮਹਾਤਮਾ ਬੁੱਧ ਕਿੱਡਾ ਵੱਡਾ ਉਸ ਜਦ ਜਨਮ ਲਿਆ, ਪੰਡਤਾਂ ਨੂੰ ਪੁੱਛਿਆ ਵੀ ਮਹਾਰਾਜ ਕੈਸਾ ਬੱਚਾ ਇਹਨੇ ਬਾਲ ਕੇ ਲਿਆ ਜਨਮ ਲਿਆ, ਕਹਿੰਦਾ ਬਈ ਬਾਲ ਜਨਮ ਤਾਂ ਬਹੁਤ ਵੱਡਾ, ਪਰ ਇਹਦਾ ਤਾਂ ਇਹ ਤਾਂ ਚੱਕਰਵਰਤੀ ਬਣੂਗਾ। ਬਾਪ ਨੂੰ ਸੋਚ ਲੱਗੀ ਵੀ ਇਹ ਰਾਜ ਦਾ ਭਾਗ ਸਾਂਭਣ ਵਾਲਾ ਜੇ ਇਸ ਤਰ੍ਹਾਂ ਬਣ ਗਿਆ ਕੀ ਬਣੂਗਾ। ਉਹਨੂੰ ਘਰ 'ਚ ਆਪਣੇ ਘਰ ਆਲੇ ਦੁਆਲੇ ਘੁੰਮਣ ਰੱਖਿਆ, ਬਸ ਬਾਹਰ ਨਹੀਂ ਕੱਢਿਆ। ਪਰ ਇੱਕ ਦਿਨ ਜਿਹੜਾ ਮੌਕਾ ਆਉਂਦਾ, ਚਾਂਸ ਬਣਦਾ ਜਦ ਮੌਤ ਦਾ, ਵੀ ਉਹ ਬਾਹਰ ਜਾਂਦਾ ਘੁੰਮਣ ਆਪਣੇ ਦੋਸਤਾਂ ਨਾਲ। ਅੱਗੇ ਲੋਸ ਜਾ ਰਹੀ ਹੈ, ਸੰਸਕਾਰ ਨੂੰ ਚੱਕੀ ਜਾ ਰਹੇ ਨੇ। ਉਹ ਕਹਿੰਦੇ ਇਹ ਕੀ ਜਾ ਰਿਹਾ, ਕਦੇ ਦੇਖੀ ਨਹੀਂ ਸੀ ਜਦ ਕੋਈ ਚੀਜ਼। ਇਹ ਕਹਿੰਦੇ ਇਹਦਾ ਸੰਸਕਾਰ ਤੁਹਾਨੂੰ ਲੈ ਕੇ ਚੱਲੇ ਨੇ, ਉਹਦੇ ਦਿਲ 'ਚ ਇਸ ਤਰ੍ਹਾਂ। ਸੋ ਇਸ ਕਰਕੇ ਕਹਿਣਾ ਹੈ ਵੀ ਇਹ ਤਾਂ ਜੀਵਨ ਆਇਆ ਕਾਹਦੇ ਲਈ ਆਇਆ ਸੀ, ਇਹ ਤਾਂ ਜੀਵਨ 'ਚ ਕੁਛ ਕਰਕੇ ਜਾਈਏ। ਇਸ ਪਰਿਵਾਰ ਨੇ ਜੇ ਆਪਣੇ ਇਸ ਸੰਸਾਰ ਜਾ ਕੇ ਇਸ ਸਨਾਮ ਦੇ ਨੇੜੇ ਰਹਿ ਕੇ, ਔਰ ਦਾਨੀਆਂ ਦਾ ਵੀ ਕੋਈ ਘਾਟ ਨਹੀਂ, ਜਦ ਮਹਾਂਪੁਰਸ਼ ਮਿਲਿਆ ਹੋਇਆ ਨੇ ਕਾਰਜ ਬਣਾਉਣ ਲੱਗੇ, ਕਿਉਂਕਿ ਬਹੁਤ ਸੁਨੇਹ ਸੀ ਉਹਨਾਂ ਨਾਲ। ਸਦਾ ਇਹਨਾਂ ਨੇ ਗੁਰਜਾ ਸਦਾ ਗੁਰਜਾਲ ਸਿੰਘ ਨੇ ਜ਼ਮੀਨ ਦੀ ਔਫਰ ਕਰਤੀ, ਬਾਬਾ ਜੀ ਇੱਥੇ ਜ਼ਮੀਨ ਬਣਾ। ਇਹ ਕਾਰਜ ਮਾਤਾ ਗੁਜਰ ਕੌਰ ਕਾਲਜ, ਕਿਉਂਕਿ ਸਕੂਲ ਉਹ ਪਿਆ ਅਤੇ ਸਕੂਲ ਗੁਰਦੁਆਰੇ ਬਹੁਤ ਬੜਾ ਕੁਛ ਬਣਾ ਕੇ ਗਏ ਨੇ, ਉਹਦੀ ਦੇਖਭਾਲ ਦਾ ਸਮਾਂ ਹੀ ਬਹੁਤ ਜ਼ਿਆਦਾ ਟਾਈਮ ਲੱਗਦਾ। ਕਾਜੀ ਕਹਿੰਦਾ ਜਦ ਕਾਲਜ ਦਾ ਸਭ ਤੋਂ ਬੰਦੇ ਹੀ ਬਣਾ, ਫਿਰ ਪਰ ਜ਼ੋਰ ਪੈ ਗਿਆ ਇੱਧਰ ਜਨਮ ਅਸਥਾਨ ਸੁੱਧ ਗਾਉਣ ਔਰ ਸੰਗਤਾਂ ਨੇ, ਜੋ ਜਿੰਨੇ ਘਰਾਟਾਂ ਨੇ ਇੱਥੇ ਨੇੜੇ ਤੇੜੇ ਦੀਆਂ ਸੰਗਤਾਂ ਹੋਣਗੀਆਂ, ਦੇਖਿਆ ਸਾਰੀ ਚੀਜ਼ ਬਖਸ਼ਿਸ਼ ਨੇ। ਸਭ ਤੋਂ ਪਹਿਲਾਂ ਜਿਹੜਾ ਸੀਮਿੰਟ ਦਾ ਪਿਆ ਇੱਕ ਗੱਡੀ ਭੇਜੀ ਸੁਖਦੇਵ ਸਿੰਘ ਸੰਧੂ ਨੇ ਭੇਜੀ। ਅਸੀਂ ਤਾਂ ਕਹਿੰਦੇ ਦਾਨੀਆਂ 'ਚ ਵੀ ਮੂਹਰੇ, ਦਾਨੀਆਂ 'ਚ ਕਿਉਂ ਮੂਹਰੇ? ਸਰਦਾਰ ਗੁਰਦਿਆਲ ਸਿੰਘ ਦਾ ਸੰਸਕਾਰ ਤੁਹਾਡਾ ਸੀ। ਸੋਚ ਕਰਕੇ ਕਹਿੰਦੇ ਪਾਣੀ ਦੀ ਤੁਕਦੇ ਦਾ ਕਿੱਥੇ ਵਿਚਾਰ ਕਰ ਲਓ, ਕਿੰਨੇ ਸਮਾਂ ਲੰਘਾ ਦਿਓ। ਸੰਗਤਾਂ ਬੈਠੀਆਂ 11 ਵਜੇ ਦੀਆਂ, ਦੋ ਇੱਕ ਵੱਜ ਗਿਆ। ਸੋ ਇਸ ਕਰਕੇ ਪੁੱਤਰ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਅੱਜ ਸੰਸਾਰ 'ਚ 3 ਤਰ੍ਹਾਂ ਦੇ ਪੁੱਤਰ ਜ਼ਿਆਦਾ ਗੱਡੇ ਹੋ ਜਾਂਦੇ ਨੇ, 3 ਤਰ੍ਹਾਂ ਦੇ। ਇਹ ਮਾਰਗ ਸੰਸਾਰ ਕੋ ਮਿਰਤ ਮੰਡਲ ਜਗ ਸਜਿਆ, ਜਿਉਂ ਕਾਗਦ ਭੰਡਾਰ। ਸੁਣ ਮੇਰੀ ਮਨਸਾ ਮਨੈ ਵਾਹੇ ਸਤ ਦੇ ਜਿਹੜਾ ਮਚਾ ਕੇ ਸਾਨੂੰ
Yeah.
ਉਹਨਾਂ ਨੂੰ ਸਰਕਾਰ ਦੇ ਫੁੱਲ ਭੇਟ ਕਰਨੇ 1 ਵਜੇ ਤੇ ਕਣਕ ਰਾਤ 1 ਵਜੇ ਹੋ ਜਾਣੀ। ਗੁਰੂ ਤੇਗ ਸਾਹਿਬ ਸੰਗਤ ਜੀ ਰਸਨਾ ਕਰੋ ਪਵਿੱਤਰ ਸਾਹਿਬ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ। ਫਤਿਹ ਕਰੋ ਸਾਂਝੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੋਵਿਗਿਆਨੀ ਮਨ ਦੀ ਪੜਤੋਲ ਕਰਕੇ ਮਨ ਦਾ ਗਿਆਨ ਪ੍ਰਾਪਤ ਕਰ ਲਿਆ। ਗੁਰੂ ਸਵਾਰੀ ਸਾਹਿਬ ਸੰਗਤ ਜੀ ਇੱਕ ਬੈਠ ਹੈ, ਇਕੱਲੇ ਤਨ ਦਾ ਗਿਆਨ ਹੈ, ਇੱਕ ਮਰੀਜ਼ ਨੂੰ ਇਕੱਲੇ ਮਨ ਦਾ ਗਿਆਨ ਹੈ, ਪਰ ਸੰਤ ਆਤਮਾ ਦਾ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਵਾਲਾ ਮਨੁੱਖ ਮੁਕਤ ਹੋ ਜਾਂਦਾ ਹੈ, ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ, ਜਨਮਾਂ ਜਨਮਾਂ ਦੇ ਕਰਮਾਂ ਤੋਂ ਰਹਿਤ ਹੋ ਜਾਂਦਾ ਹੈ, ਗਰਭ ਦੇ ਦੁੱਖ ਤੋਂ ਰਹਿਤ ਹੋ ਜਾਂਦਾ ਹੈ। ਇਹ ਮਹਾਂ ਦੁਰਲਭ ਚੀਜ਼ ਹੈ ਜਿਨ੍ਹਾਂ ਨੇ ਤੇ ਮੁੱਖ ਉਜਲ ਸਦਾ ਸੁਖੀ ਨਾਨਕ ਸਿਮਰ ਤੇ ਉਹ ਸਦਾ ਸੁਖੀ ਹੋ ਜਾਂਦੇ ਨੇ। ਜਗਤ ਵਿੱਚ ਕੋਈ ਵੀ ਆਇਆ, ਵੱਡੇ ਵੱਡੇ ਧਨਵੰਤ, ਵੱਡੇ ਵੱਡੇ ਕੁਲਵੰਤ, ਰਾਜਾ ਮਾਨ ਤੱਤ ਐਡਾ ਵੱਡਾ ਸ਼ਕਤੀਸ਼ਾਲੀ ਰਾਜਾ ਹੋਏ, ਉਸ ਦਾ ਜਿਹੜਾ ਰਾਜਤੀ ਜਦੋਂ ਧਰਤੀ 'ਤੇ ਚੱਲਿਆ ਤਾਂ 7 ਸਮੁੰਦਰ ਬਣ ਗਏ। ਪਰ ਆਤਮਾ ਦੇ ਗਿਆਨ ਤੋਂ ਬਿਨਾਂ, ਪਰਮਾਤਮਾ ਵਿੱਚ ਲੀਨ ਹੋਣ ਤੋਂ ਬਿਨਾਂ ਉਹ ਵੀ ਖਾਲੀ ਚਲਿਆ ਗਿਆ। ਸਤਨਾਮ ਸ਼੍ਰੀ ਵਾਹਿਗੁਰੂ। ਰਾਜਾ ਕਿੱਥੋਂ ਹੋਇਆ? ਜਿਨ੍ਹਾਂ ਨੇ ਪਰਮਾਤਮਾ ਵਿੱਚ ਲੀਨ ਹੋਣਾ, ਗੁਰੂ ਨਾਨਕ ਦੇ ਘਰ ਵਿੱਚ ਉਹ ਸਿੱਖਿਆ, ਉਹ ਸਿੱਖ ਬਣ ਕੇ ਆਖੋ ਸਤਨਾਮ। ਗੁਰੂ ਸਵਾਰੀ ਸਾਹਿਬ ਸੰਗਤ ਜੀ, ਅੱਜ ਆਪਾਂ ਸਤਿਗੁਰੂ ਕਿਰਪਾ ਕਰ ਹੈਲੋ ਕਿਵੇਂ ਲੀਨ ਹੋਈਏ, ਇਹ ਸੰਸਾਰ ਕੀ ਹੈ, ਜਨਮ ਕੀ ਹੈ, ਮੌਤ ਕੀ ਹੈ, ਜੀਵਨ ਕੀ ਹੈ, ਵਿਚਾਰ ਕਰੀਏ ਕਿਵੇਂ ਸੀ। ਗੁਰੂ ਸਵਾਰੀ ਸਾਹਿਬ ਸੰਗਤ ਜੀ ਅੱਛਾ ਪੂਰੇ ਸੰਸਾਰ ਦੇ ਮੋਹ ਦੀਆਂ ਨਿਗਲਾਂ ਨੇ ਉਹ ਸੱਚ ਨੂੰ ਭੁਲਾ ਦਿੱਤਾ। ਕਿਵੇਂ ਉਹਦੇ ਯਕੀਨ ਹੋਈਏ? ਸਹਿਬ ਜੀ ਕਹਿੰਦੇ ਜਦੋਂ ਜੀ ਉਹਦੇ ਹੁਕਮ ਵਿੱਚ ਆ ਜਾਂਦਾ ਹੈ, ਉਹਦੀ ਰਜ਼ਾ ਵਿੱਚ ਆ ਜਾਂਦਾ ਹੈ, ਇੱਕ ਤਨ ਹੈ, ਤਨ ਵਿੱਚ ਮਨ ਹੈ, ਮਨ ਵਿੱਚ ਆਤਮਾ ਹੈ। ਆਖੋ ਸਤਨਾਮ। ਤਨ ਬੜੇ ਬੜੇ ਰਿਸ਼ੀ ਅਵਤਾਰ ਆ ਗਏ, ਉਹਨਾਂ ਦਾ ਵੀ ਨਹੀਂ ਸਰੀਰ ਲਾਸ ਆ, ਤੇ ਜਿਹੜਾ ਮਨ ਹੈ ਇਹ ਵਰਮਾ ਗਿਆਸ ਹੈ, ਇਹ ਕਰਮਾਂ ਦੇ ਨਾਲ ਬਾਰ ਬਾਰ ਸਰੀਰ ਰੂਪੀ ਕੋਠਾ ਪਾ, ਬਾਰ ਬਾਰ ਸਰੀਰ ਰੂਪੀ ਕੋਠਾ ਪਾ।
ਕਦੇ ਮਰਦੀ ਨਹੀਂ ਕਦੇ ਜੰਮਦੀ ਨਹੀਂ ਦਰੋ ਸਤਿਗੁਰੂ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਰਦਾ ਮਰਦਾ ਜਗ ਹੋਆ ਮਰ ਕੇ ਨਾ ਜਾਣਿਆ ਹੋਏ ਐਸੀ ਮਰਨੀ ਜੋ ਮਰੈ ਬਹੁਤ ਨਾ ਮਰਨਾ ਉਹ ਕਿਹੜੀ ਮਰਨੀ ਹੈ ਉਹ ਕਿਵੇਂ ਮਰਨਾ ਹੈ ਕਬੀਰ ਸਾਹਿਬ ਜੀ ਨੇ ਸਰੀਰ ਕਰਕੇ ਤਨ ਕਰਕੇ ਮੈਂ ਦੇਖਿਆ ਜਗਤ ਮਰਦਾ ਪਰ ਮਨ ਕਰਕੇ ਕੋਈ ਨਹੀਂ ਮਰਿਆ ਉਹ ਸਤਨਾ ਜਦੋਂ ਸਵਾਸ ਬੰਦ ਹੋ ਜਾਣ ਹੋ ਜਾਂਦੀ ਹੈ ਡੈਡ ਬੋਡੀ ਪਰ ਮਨ ਦੀ ਮੌਤ ਕਦੋਂ ਹੁੰਦੀ ਹੈ ਮਨ ਦੇ ਜਦੋਂ ਖਿਆਲ ਵਿਚਾਰ ਪੁਰਨੇ ਬੰਦ ਹੋ ਜਾਣ ਤਾਂ ਮਨ ਦੀ ਮੌਤ ਹੋ ਜਾਂਦੀ ਹੈ ਸਤਨਾਮ ਇਸ ਕਰਕੇ ਸਤਿਗੁਰ ਦੀ ਬਾਣੀ ਕਹਿੰਦੇ ਪਿਆਰਿਆ ਸਿੱਖ ਲੈ ਜੀਵਨ ਦੀ ਯਾਦ ਇਹ ਜੀਵਨ ਮਿਲੇ ਹੈ ਜਨਮ ਦੇ ਮਰਗ ਸਿੱਖਣ ਵਾਸਤੇ ਮਿਲੇ ਹੈ ਉੱਡ ਕੇ ਵੜੇ ਬਣ ਕੇ ਉੱਡ ਜਾਣੀ ਹੈ ਪਰ ਅੰਤ ਸਮੇਂ ਉਹ ਜਿੱਥੇ ਤੂੰ ਆਪ ਵਸਦਾ ਆਖੋ ਸਤਨਾਮ ਤੇਰਾ ਜਨਮ ਤੇ ਮਰਨ ਕੱਟਿਆ ਜਾਵੇ ਪਿਆਰਿਆ ਅਰਦਾਸ ਬੇਨਤੀ ਕਰਿਆ ਕਰ ਜਿਵੇਂ ਭਾਈ ਨੰਦ ਲਾਲ ਜੀ ਕਰਦੇ ਸਨ ਇਸ ਤਰ੍ਹਾਂ ਬੇਨਤੀ ਕਰਿਆ ਕਰ ਸਤਿਗੁਰਾਂ ਦੀ ਬਾਣੀ ਕਹਿੰਦੀ ਭਾਈ ਤੈਨੂੰ ਜੀਵਨ ਮਿਲਿਆ ਧਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ ਇਹ ਵਾਰੀ ਹੈ ਇਹ ਜੀਵਨ ਕੀ ਹੈ ਸਮਝ ਕੀ ਹੈ ਜੀਵਨ ਸਤਿਗੁਰੂ ਕਹਿੰਦੇ ਜੀਵਨ ਭਾਈ ਇੱਕ ਪੌੜੀ ਹੈ ਪੌੜੀ
ਜਿਹੜਾ ਕਰਮ ਹੁੰਦਾ ਹੈ ਧਰਤੀ ਤੇ ਲੰਘ ਕੇ ਕੋਠੇ ਦੇ ਬਨੇਰੇ ਉੱਤੇ ਚੜ ਲੱਗ ਜਾਂਦੀ। ਜਿਹੜੇ ਜੀਵ ਸਟੈਪ ਡੰਡਿਆਂ ਤੇ ਚੜ੍ਹਦੇ ਨੇ ਉਹ ਮੰਜ਼ਿਲ ਤੇ ਪਹੁੰਚ ਜਾਂਦੇ ਨੇ, ਧਰਤੀ ਤੋਂ ਮੰਜ਼ਿਲ ਸੱਤ ਉੱਪਰ ਜਾ ਪਹੁੰਚ ਜਾਂਦੇ। ਜੀਵਨ ਇੱਕ ਪੌੜੀ, ਇਹ ਜੀਵ ਪਾਏ ਭਾਈ ਜਿਹੜਾ ਇਸ ਪੌੜੀ ਤੋਂ ਚੁੱਕ ਗਿਆ ਤੇ ਆਉਣ ਤੇ ਜਾਣ ਦਾ, ਗਰਭ ਦਾ, ਜਨਮ ਤੇ ਮਰਨ ਦਾ, ਨਰਕ ਤੇ ਸੁਰਗ ਦਾ, ਖੁਸ਼ੀਆਂ ਤੇ ਗਮੀਆਂ ਦਾ, ਦੁੱਖਾਂ ਤੇ ਸੁੱਖਾਂ ਤੇ ਲੈਣ ਤੇ ਦੇਣ ਦੇ ਇਹ ਭਰਿਆ ਸਾਗਰ ਭੈਰਾ ਸੰਸਾਰ ਇਹਨਾਂ ਦੇ ਡੁੱਬ ਜਾਂਦਾ ਹੈ। ਤਾਂ ਉਹ ਸਾਹਿਬ ਜੀ ਕਹਿੰਦੇ ਹਮ ਦੇਖਾਂ ਤੈ ਡੁਬਿਆਲੇ ਮਨ ਏਕ ਨਾ ਚੇਤਸ ਮੂੜ ਮਨਾ। ਮੈਂ ਸਾਰੇ ਹੀ ਦੇਖਿਆ ਸੰਸਾਰ ਡੁੱਬਿਆ ਤੇ ਜੀਵਨ ਇੱਕ ਪੌੜੀ ਹੈ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਣ। ਸਾਹਿਬ ਜੀ ਕਹਿੰਦੇ ਜੀਵਨ ਕੀ ਹੈ? ਜੀਵਨ ਇੱਕ ਸੁਪਨਾ ਹੈ, ਸੁਪਨਾ ਕਰੇ ਸੱਚਾ ਨਹੀਂ ਹੁੰਦਾ। ਜਗ ਜੀਵਨ ਸੁਪਨ ਸਮਾਨ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਸੁਪਨੇ ਦੀ ਤਰ੍ਹਾਂ ਹੈ। ਅੰਤ ਸਮਾਂ ਜਦੋਂ ਆਇਆ ਕਿਸੇ 100 ਸਾਲ ਤੇ 80 ਸਾਲ ਦੇ ਬਜ਼ੁਰਗ ਨੂੰ ਪੁੱਛੇ ਕਹਿਣਗੇ ਸਾਰੀ ਸਵਾਸਾਂ ਦੀ ਪੂੰਜੀ ਇੱਕ ਖਿਨਾ ਦੇ ਵਿੱਚ ਬਤੀਤ ਹੋ ਗਈ। ਗੁਰਮੁਖੋ ਕੀ ਹੈ ਜੀਵਨ? ਇਹ ਤਾਂ ਜਗ ਸੁਪਨੇ ਦੀ ਨਿਆਈ ਹੈ, ਉਹ ਜਿਹਨੂੰ ਮਨਾ ਸੱਚ ਜਾਣ ਜਗ ਸੁਪਨੇ ਵੱਜਣਾ ਨਹੀਂ ਇਹ ਸਾਜ ਹਰ ਜੀਓ ਗੁਫਾ ਅੰਦਰ ਰੱਖ ਹੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ। ਇਹ ਜੀਵਨ ਵੀ ਇੱਕ ਤਨ ਦੀ ਸਾਜ ਹੈ ਤੇ ਗੁਰੂ ਸਵਾਰੀ ਸਾਧ ਸੰਗਤ ਜੀ ਇਹ ਜਦੋਂ ਸਵਾਸਾਂ ਦੀਆਂ ਤਾਰਾਂ ਟੁੱਟ ਜਾਣ ਫਿਰ ਵੱਜਦਾ ਨਹੀਂ, ਤੂੰ ਜੀਵਨ ਹੈ ਜੇ ਸਮਝ ਰਿਹਾ ਜਿਹੜੀ ਮੈਂ ਕਰੰਸੀ ਦਿੱਤੀ ਹੈ ਉਹੀ ਕਰੰਸੀ ਦੇ ਨਾਲ ਤਲੀਨ ਹੋਣਾ।
मन मरे तात मर जाए, बिन मन होए कैसे हम भाई। दसम पिता गुरु गोविंद सिंह जी महाराज तन मन धन भी दे दिता, जीवन तेरे चरणा विच लेखे ला दिता, अज मैनू उस करते पुरख नाल तोड़ रहे हो। नहीं सतगुरु तोड़ो ना, जोड़ के रखो। फिर भी नंद लाला की चाहना है, सतगुरु कल नूं मौत हो जाए, परसों 9 बजे। हाँ नंद लाल, हुण गुरु प्यारी साध संग जी, जिस मरने ते जग डरे, मेरे मन आनंद मरने ही ते पाई है। धनवाद देखे ना लगता है, सतगुरु कृपा करो। ਜਦੋਂ ਕੋਈ ਮੌਤ ਸੁਣੀ ਕਿਸੇ ਨੇ, ਰਾਜੇ ਪੁਲਿਸ ਨੇ ਸੁਣੀ 8 ਦਿਨ ਪਹਿਲਾਂ, ਤਾਂ ਭੈ ਦੇ ਵਿੱਚ ਬੜੇ ਬਚਾਏ ਦੇ ਬਹੁਤ ਵੱਡੇ ਕਾਰਨ ਮੌਤ ਤੋਂ ਬਚਣ ਦੇ ਉਹਨਾਂ ਨੇ ਹੀਲੇ ਬਣਾਏ, ਪਰ ਬਚਿਆ ਨਹੀਂ ਮੌਤ ਤੋਂ। ਨੰਦ ਲਾਲ ਨੂੰ ਮੌਤ ਦਾ ਪਤਾ ਹੈ, ਪਰਸੋਂ 9 ਵਜੇ ਹੋ ਜਾਣੀ ਹੈ, ਪਰ ਸਤਿਗੁਰ ਦੀ ਬਾਣੀ ਦਾ ਗਿਆਨ ਰਤਨ ਖਰੀਦਿਆ ਹੋਇਆ। ਕਿਹੜਾ ਰਤਨ? ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇ ਦੇਹੋ ਸੱਜਣ ਸੀਸਣੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਰੰਦਲਾਲ ਜੀ ਕਹਿਣ ਲੱਗੇ, ਸਤਿਗੁਰੂ ਜਿੱਦੇ ਮੇਰਾ ਤਨ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਹੋਇਆ ਸੀ, ਉਹਦੇ ਇਹ ਸਾਹਾ ਸੰਬਤ ਸਾਹਾ ਪੱਕਾ ਵਿਆਹ ਲਿਖਿਆ ਗਿਆ ਸੀ ਆਤਮਾ ਦਾ, ਪਰਮਾਤਮਾ ਤੇ ਆਤਮਾ ਦਾ ਵਿਆਹ ਲਿਖਿਆ ਸੀ। ਸਤਿਗੁਰੂ ਮੈਨੂੰ ਪਰਸੋਂ ਉਸ ਵਿਆਹ ਦਾ ਚਾਓ ਹੈ ਕਿ ਮੇਰੀ ਆਤਮਾ ਨੂੰ ਵਿਆਹਣ ਵਾਸਤੇ ਪਰਮਾਤਮਾ ਨੇ ਆਉਣਾ ਹੈ। ਦੁਨੀਆਂ ਦੇ ਲੋਕ ਡਰਦੇ ਨੇ, ਪਰ ਮੇਰੇ ਅੰਦਰ ਚਾਓ ਹੈ ਸਤਿਗੁਰੂ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਪ੍ਰਾਪਤ ਸਮੇਂ ਦੇ ਵਿੱਚ ਬੀਬੀਆਂ ਦਾ ਵਿਆਹ ਕਰਿਆ ਹੁੰਦਾ ਅਤੇ ਤੇਲ ਉਹਦੇ ਸੀਸ ਵਿੱਚ ਪਾ ਕੇ ਮਸਲਦੀ ਅਸੀਸਾਂ ਦਿੰਦੇ, ਅਤੇ ਬ੍ਰਹਮ ਗਿਆਨੀ ਵੀ ਕਹਿੰਦੇ ਨੇ ਮੈਂ ਉਸ ਅਕਾਲ ਪੁਰਖ ਵਿੱਚ ਭੇਦ ਹੋਣ, ਮੈਨੂੰ ਵੀ ਅਸੀਸਾਂ ਦਿਓ। ਆਖੋ ਸਤਨਾਮ ਵਾਹਿਗੁਰੂ ਜੀ। ਸਤਿਗੁਰੂ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸਣੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਉਹ ਵਿਆਹ ਜਿਹੜਾ ਲਿਖਿਆ ਸੀ ਮੇਰੇ ਆਉਣ ਤੋਂ ਪਹਿਲਾਂ, ਮੈਨੂੰ ਉਹਦਾ ਚਾਓ ਹੈ, ਉਹ ਪਰਸੋਂ 9 ਵਜੇ ਹੋਣਾ। ਬੜੇ ਚਾਓ ਦੇ ਵਿੱਚ ਤਹਿਮਤ ਪਹਿੰਦੇ ਆ, ਚਾਈ ਚਾਈ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਸਤਿਗੁਰਾਂ ਨੂੰ ਕਹਿੰਦੇ, ਸਤਿਗੁਰੂ ਮੇਰੀਆਂ 2 ਡਿਮਾਂਡਾਂ ਨੇ। ਕਿਹੜੀਆਂ? ਨੰਦ ਲਾਲ ਜੀ, ਕਿਹੜੀਆਂ? ਸਤਿਗੁਰੂ ਜਦੋਂ ਮੈਂ ਜਾਵਾਂ ਸਰੀਰ ਛੱਡ ਕੇ, ਮੇਰਾ ਸੀਸ ਤੇਰੇ ਚਰਨਾਂ 'ਚ ਹੋਵੇ। ਆਖੋ ਸਤਨਾਮ ਵਾਹਿਗੁਰੂ ਜੀ। ਦੂਜੀ ਡਿਮਾਂਡ ਕੀ ਹੈ? ਸੱਚੇ ਪਾਤਸ਼ਾਹ ਜਦੋਂ ਇਹ ਸਰੀਰ ਦੀ ਸਵਾਹ ਬਣ ਜਾਵੇ, ਉਦੋਂ 3 ਦਿਨ ਹਵਾ ਆਪਣੇ ਕਿਲੇ ਨੂੰ ਚਲਾ ਲਿਓ। ਕੀ ਗੱਲ? ਕਿਉਂ ਨੰਦ ਲਾਲ ਜੀ? ਕਿਉਂਕਿ ਮਰੇ ਦੀ ਸਵਾਹ ਵੀ ਤੇਰੇ ਚਰਨਾਂ 'ਚ ਆ ਜੇ। ਆਖੋ ਸਤਨਾਮ ਵਾਹਿਗੁਰੂ ਜੀ। ਕਿਆ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਗੁਰਮੁਖੋ ਕੈਸੀ ਮੌਤ ਨੰਦ ਲਾਲ ਦੀ ਵਿਚਾਰ ਸੀ ਅੱਜ ਦੇ ਕੀਰਤਨ ਦੀ। ਪਹਿਲਾ ਮਰਨ ਕਬੂਲ, ਪਹਿਲਾਂ ਕੀ ਮਰਨਾ? ਪਹਿਲਾਂ ਮਨ ਦੀ ਮੌਤ ਕਬੂਲ ਕਰ ਲੈ, ਫਿਰ ਤਨ ਦੀ ਕਰ ਲੈ, ਫਿਰ ਮਗਰ ਆਤਮੀ ਰਹੇਗੀ, ਆਤਮਾ ਦਾ ਮਿਲਾਪ ਪਰਮਾਤਮਾ ਵਿੱਚ ਹੋਣਾ। ਗੁਰਮੁਖਾ ਸਤਿਗੁਰ ਨੇ ਵੀ ਗਿਆਨ ਦੇ ਦਿੱਤਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਮਨ ਪਿਆਰਿਆ ਮਿੱਤਰਾ ਮਿਲ ਵੇਲਾ ਹੈ ਇਹ, ਜਬ ਲੱਗ ਗੁਰੂ ਸਾਸ ਹੈ ਤਬ ਲੱਗ ਇਹ ਤਨ ਦੇ। ਉਹ ਮਿੱਤਰ ਬਣ ਜਾਂਦਾ ਹੈ ਹੀ ਮਨ ਗੁਰੂ ਦਾ ਗਿਆਨ ਲੈ ਕੇ, ਨਾਮ ਜਪ ਕੇ
ਹੀ ਮਨ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਂਦਾ ਹੈ ਤੇ ਨਿਰੋਲ। ਸਤਿਗੁਰੂ ਕਹਿੰਦੇ ਤਨ ਵੀ ਮਰ ਗਿਆ ਤੇਰਾ, ਮਨ ਵੀ ਮਰ ਗਿਆ, ਆਤਮਾ ਰਹਿ ਗਈ, ਉਹ ਬ੍ਰਹਮ ਗਿਆਨੀ ਬਣ ਜਾਂਦੇ ਨੇ। ਆਖੋ ਸਤਨਾਮ ਸ੍ਰੀ। ਹੁਣ ਮੌਤ ਦਾ ਡਰ ਨਹੀਂ, ਤਨ ਦੀ ਮੌਤ ਦਾ ਚਾਉ ਹੈ ਉਹਨਾਂ ਦੇ ਅੰਦਰ। ਗੁਰਮੁਖੋ ਕਿਆ ਜਦੋਂ ਮੇਰੀ ਗਿਆਨ ਸੁਰਗ ਲੱਗਦਾ ਹੈ ਖੁਸ਼ੀ ਤੇ ਗਮੀ। ਸਤਸੰਗ ਜੀ, ਆਤਮਾ ਸਰੀਰ ਨੂੰ ਇਉਂ ਛੱਡ ਗਈ ਜਿਵੇਂ ਸੱਪ ਕੰਜ ਨੂੰ ਛੱਡ ਜਾਂਦਾ ਤੇ ਉਸ ਅਕਾਲ ਪੁਰਖ ਦੇ ਵਿੱਚ ਲਵਲੀਨ ਹੋ ਗਏ, ਸਦਾ ਲਈ ਅਮਰ ਹੋ ਗਏ। ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ। ਜਿਹੜੇ ਨੰਦ ਲਾਲ ਵਾਂਗੂ ਮਰਦੇ ਨੇ ਉਹਨਾਂ ਦਾ ਮੁੜ ਕੇ ਜਨਮ ਤੇ ਮਰਨ ਨਹੀਂ ਹੁੰਦਾ, ਸਦਾ ਲਈ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ। ਆਓ ਦੇਹੋ ਸਜਣ ਸੀਸਰੀਆਂ, ਜਿਉਂ ਹੋਵੇ ਸਹਿਬ ਸਿਉਂ ਮੇਲ। ਦੇਹੋ ਸਜਣ ਆਗੇ ਅਰਦਾਸ ਹਵਾਰੀ।
ਪਿੰਡ ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਵਾਹਿਗੁਰੂ 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 ਜੀ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸੁਣਾਏ ਬਾਤ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸਦੇ ਪ੍ਰਥਮ ਭਗਵਤੀ ਸਿਮਰਤ ਗੁਰੂ ਨਾਨਕ ਵਿੱਚ ਹੈ ਤੇ ਰੰਗਤ ਗੁਰੂ ਦੇ ਅਰਦਾਸ ਫਲਮ ਦੱਸਦਾ ਉਹ ਸੁਹਾਏ ਸੁਹਾਏ ਦਸੋਂ ਪਾਤਸ਼ਾਹ ਜੀ ਦੀ ਜਗ ਕੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਰਸ਼ਨ ਦਾਰ ਜੀ ਕਾ ਧਿਆਨ ਧੰਨ ਪਾਤਸ਼ਾਹ ਸਾਹਿਬ ਬੋਲਣਾ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੀ ਅੱਠੀਆਂ ਜੱਟੀਆਂ ਤੱਤੀਆਂ ਜਿਸ ਨਾਮ ਜਪਿਆ ਪਿਆ ਦੇਖ ਚਲਾਏ ਦੇਖ ਬਾਜੀ ਤੇਰਾ ਭਾਣਾ ਸੁਣਨਾ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧੰਨ ਪਾਤਸ਼ਾਹ ਸਾਹਿਬ ਬੋਲਣਾ ਜੀ ਸ੍ਰੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰ ਕੇ ਸੀਸ ਦਿੱਤੇ ਬੰਦ ਬੰਦ ਢਕਵਾਏ ਕੋਪਰੀਆਂ ਲਹਾਈਆਂ ਚੱਕਦੀਆਂ ਦਿੱਤੇ ਤਨਾਰਿਆਂ ਨਾਲ ਚਲਵਾਏ ਕਿੰਨਾ ਕਿੰਨਾ ਕੀਤੇ ਗਏ ਉਮਰ ਦੀਆਂ ਦੇਗਾਂ ਟਕਵਾਲੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਾਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵੱਲ ਹੈ ਬੋਲਣਾ ਸਾਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ ਧਾਰਮ ਕਾ ਜੈ ਜੈਕਾਰ ਖਾਲਸਾ ਸਾਹਿਬ ਤੋਂ ਪਿਆਰੇ ਪੰਥ ਖਾਲਸਾ ਨੂੰ ਵਿਛੋੜਿਆ ਗਿਆ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਗਾਣ ਗੁਰੂ ਨਿਰੁਪਿਆਂ ਦੇ ਗੁਰੂ ਨਿਆਸਿਆਂ ਦੇ ਅਸਰ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਹੈ ਜੀ ਦੇਹਾਂ ਜੀ ਦੇਖਿਆ ਤੇ ਹੁਣ ਕਮਾਏ ਕੱਲੇ ਅੰਦੇ ਨਾਮ ਕਰ ਸਕੀ ਚਾਹੇ ਦੇ ਮਹਾਂਪਾਕ ਅਨੁਸਾਰ ਸਵਰਗ ਵਾਸੀ ਸੁਖਦੇਵ ਸਿੰਘ ਸੰਧੂ ਸੰਸਾਰੀ ਯਾਤਰਾ ਪੂਰੀ ਕਰਕੇ ਸੱਚਖੰਡ ਵਿਖੇ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਜਾ ਬਰਾਜੇ ਹਨ ਜੀ ਆਪਣੇ ਚਰਨਾਂ ਕਮਲਾਂ ਦੇ ਪਰਿਵਾਰ ਸੱਖਣਾ ਜੀ ਟੇਡੀਆਂ ਟੇਡੀਆਂ ਜੂਨਾਂ ਤੋਂ ਬਚਾ ਕੇ ਰੱਖਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਪਰਿਵਾਰ ਨੂੰ ਨਾਮ ਦਾਨ ਗੁਰ ਸਿੱਖੀ ਦਾਨ ਦੀ ਦਾਤ ਬਖਸ਼ਣੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਅੰਗ ਤਾਂ ਕੇ ਸਹਿਤਰ ਕਰਨੀ ਕਾਮ ਕ੍ਰੋਧ ਲੋਕਾਂ ਦਾ ਨਾਸ ਕਰਨਾ ਗੁਰਮਤ ਦਾ ਪ੍ਰਕਾਸ਼ ਕਰਨਾ ਏਕ ਲਸ ਪਾਕ ਬਖਸ਼ਣਾ ਤੇ ਪਿਤਾ ਵਾਹਿਗੁਰੂ ਕਈ ਦਿਨਾਂ ਤੋਂ ਲੈ ਕੇ ਇਸ ਤੇ ਪਿਤਾ ਵਾਹਿਗੁਰੂ ਸਰਕਾਰ ਦੇ ਵੱਲੋਂ ਆਤਮ ਉਹਨਾਂ ਦੀ ਆਤਮਕ ਸ਼ਾਂਤੀ ਦੇ ਲਈ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਸਨ ਜੀ ਆਪ ਸੰਪੂਰਨ ਪਿਤਾ ਤੇ ਪਿਤਾ ਵਾਹਿਗੁਰੂ ਸਭ ਕੀ ਕੀਤਾ ਗਿਆ ਤੇ ਪਿਤਾ ਵਾਹਿਗੁਰੂ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਹੈ ਜੀ ਪਰਿਵਾਰ ਦੇ ਵੱਲੋਂ ਸੋਹਣੀ ਪੈਸਾ ਕੇ ਭੇਟ ਬਣਾਏ ਗਏ ਹਨ ਜੀ ਲੋਕ ਪ੍ਰਲੋਕ ਵਿੱਚ ਪੜ੍ਹਦੇ ਘੱਦੀ ਰੱਖਣੇ ਤੇ ਪਿਤਾ ਵਾਹਿਗੁਰੂ ਆਪ ਜੀ ਦੇ ਦਰ ਪਵਿੱਤਰ ਕੜਾਹ ਪ੍ਰਸ਼ਾਦ ਦੇਖ ਸਤਲ ਪ੍ਰਸਾਦ ਸਾਧ ਸੰਗ ਰਸਨਾ ਲੈ ਕੇ ਹੋਵੇ ਜੋ ਜੀ ਸਕੇ ਵਾਹਿਗੁਰੂ ਵਾਹਿਗੁਰੂ ਜਪੇ ਆਈ ਸੰਗ ਦਾਸ ਪੁੱਛਣੀ ਜੀ ਆਪਣੇ ਪਵਿੱਤਰ ਹੁਕਮ ਬਖਸ਼ ਕੇ ਸਿੱਖ ਸੰਗ ਤਾਂ ਨਿਹਾਲ ਕਰੋ ਉਹਨਾਂ ਉੱਤੇ ਚੱਲਣ ਦੀ ਸਮਰੱਥਾ ਬਖਸ਼ਣੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਬੇਦਾਤਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੈ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਨਿਮਰਤਾ ਬਹੁਤ ਵੱਡੀ ਗੱਲ ਸੀ ਤਿਆਗ ਸੀ ਪਰ ਇਹ ਨਹੀਂ ਜਿਹੜੀਆਂ ਚੀਜ਼ਾਂ ਬਖਸ਼ਾਂ ਮਿਲਦੀਆਂ ਨੇ ਕਿੱਥੋਂ ਮਿਲਦੀਆਂ ਨੇ ਸੰਸਕਾਰਾਂ ਤੋਂ ਮਿਲਦੀਆਂ ਨੇ ਸੰਸਕਾਰ ਸਰਦਾਰ ਗੁਰਦਿਆਲ ਸਿੰਘ ਇਹਦੇ ਪਿਤਾ ਜੀ
ਜਿਹੜੀ ਮਿਹਨਤ ਸਖ਼ਤ ਕਰਕੇ ਇਹਨਾਂ ਨੂੰ ਇੰਨਾ ਲਾਇਕ ਬਣਾਇਆ, ਕੋਈ ਬਾਹਰਲੇ ਦੇਸ਼ਾਂ ਅਮਰੀਕਾ 'ਚ ਫਿਰਦੇ ਨੇ ਵਿਚਰਦੇ, ਕੋਈ ਇੱਥੇ ਫਿਰਦੇ ਨੇ, ਇਹ ਇਹਨਾਂ ਦਾ ਬਹੁਤ ਵੱਡੀ ਵਿਲੱਖਣ ਸੀ। ਇਸ ਕਰਕੇ ਕਹਿ ਰਹੇ ਕਿ ਆਪਾਂ ਤਾਂ 2 ਘੰਟੇ ਇਸ਼ੂ ਕਰਕੇ ਸਾਰੀਆਂ ਸੰਗਤ ਦੇ ਦਰਸ਼ਨ ਕਰਨ ਲਈ ਖੜ੍ਹੇ ਹੋਏ ਹਾਂ, ਵੀ ਉਹਨਾਂ ਲਈ ਵੱਡੇ ਮਹਾਂਪੁਰਸ਼ਾਂ ਨਾਲ ਵੀ ਜਾਪਾਨ ਦੇਸ਼ਾਂ 'ਚ ਜਾਂਦੇ, ਅਮਰੀਕਾ, ਉਹ ਪਰਿਵਾਰ ਨਾਲ, ਇਹਨਾਂ ਨਾਲ, ਬੱਚਿਆਂ ਨਾਲ, ਉਹਨਾਂ ਦੇ ਗੱਲਾਂ ਇੱਥੇ ਵੀ ਕਈ ਵਾਰ ਅਸੀਂ ਕਰਦੇ, ਇਹ ਸੰਦੇਸ਼ ਨੂੰ ਵੀ ਕਰਦਾ ਵੀ ਬਾਬਾ ਜੀ ਇਸ ਤਰ੍ਹਾਂ ਕਰਦੇ ਨੇ, ਘਰ 'ਚ ਰਹੇ ਕਿਵੇਂ ਬੱਚੇ ਛੋਟੇ ਉਹਨਾਂ ਦੇ ਕਿਵੇਂ ਖੇਡਦੇ ਸੀ। ਸੋ ਉਸ ਕਰਕੇ ਜਿੰਨਾ ਵੀ ਮੌਤ ਹੈ, ਮਰਨਾ ਸੱਚ ਹੈ, ਜਿਉਣੇ ਝੂਠਾ ਸੰਸਾਰ ਦੇ ਅੰਦਰ। ਜੇ ਕਿਸੇ ਨੂੰ ਗਿਆਨ ਵੀ ਹੋਇਆ ਨਾ, ਗਿਆਨ ਮੌਤ ਤਾਂ ਹੋਇਆ, ਮੌਤ ਇੱਕ ਦਿਨ ਜਾਣ ਹੈ। ਇਸ ਵੇਲੇ ਮਹਾਤਮਾ ਬੁੱਧ ਕਿੱਡਾ ਵੱਡਾ ਉਸ ਜਦ ਜਨਮ ਲਿਆ, ਪੰਡਤਾਂ ਨੂੰ ਪੁੱਛਿਆ ਵੀ ਮਹਾਰਾਜ ਕੈਸਾ ਬੱਚਾ ਇਹਨੇ ਬਾਲ ਕੇ ਲਿਆਇਆ, ਜਨਮ ਲਿਆ, ਕਹਿੰਦਾ ਬਈ ਬਾਲ ਜਨਮ ਤਾਂ ਬਹੁਤ ਵੱਡਾ, ਪਰ ਇਹਨਾਂ ਤਾਂ ਇਹ ਤਾਂ ਚੱਕਰਵਰਤੀ ਬਣੂਗਾ। ਬਾਪ ਨੂੰ ਸੋਚ ਲੱਗੀ ਵੀ ਇਹ ਰਾਜ ਦਾ ਭਾਗ ਸਾਂਭਣ ਵਾਲਾ ਜੇ ਇਸ ਤਰ੍ਹਾਂ ਬਣ ਗਿਆ ਕੀ ਬਣੂਗਾ। ਉਹਨੂੰ ਘਰ 'ਚ ਆਪਣੇ ਆਲੇ ਦੁਆਲੇ ਘੁੰਮਣ ਰੱਖਿਆ, ਬਸ ਬਾਹਰ ਨਹੀਂ ਕੱਢਿਆ। ਪਰ ਇੱਕ ਦਿਨ ਜਿਹੜਾ ਮੌਕਾ ਆਉਂਦਾ, ਚਾਂਸ ਬਣਦਾ ਜਦ ਮੌਤ ਦਾ, ਵੀ ਉਹ ਬਾਹਰ ਜਾਂਦਾ ਘੁੰਮਣ ਆਪਣੇ ਦੋਸਤਾਂ ਨਾਲ। ਅੱਗੇ ਲੋਥ ਜਾ ਰਹੀ ਹੈ, ਸੰਸਕਾਰ ਨੂੰ ਚੱਕੀ ਜਾ ਰਹੇ ਨੇ, ਉਹ ਕਹਿੰਦੇ ਇਹ ਕੀ ਜਾ ਰਿਹਾ, ਕਹਿੰਦੇ ਦੇਖੀ ਨਹੀਂ ਸੀ ਜਦ ਕੋਈ ਚੀਜ਼, ਇਹ ਕਹਿੰਦੇ ਇਹਦਾ ਸੰਸਕਾਰ ਕਰਨ ਲੈ ਕੇ ਚੱਲੇ ਨੇ। ਉਹਦੇ ਦਿਲ 'ਚ ਇਸ ਤਰ੍ਹਾਂ ਦਿਮਾਗ ਸੱਟ ਲੱਗੇ ਵੀ ਇਹ ਮਰਨਾ ਵੀ ਕਿਤੇ ਨਾ, ਉਹਨੂੰ ਪਹਿਲਾਂ ਕਿਤੇ ਮਰਨਾ ਜਾਣਾ, ਇੰਨੀ ਤਾਂ ਹੈ ਹੀ ਨਹੀਂ ਸੀ ਗਿਆਨ ਆਇਆ। ਉਹ ਕਹਿੰਦੇ ਮਰਨਾ ਸੱਚ ਹੈ, ਜਿਉਣੇ ਝੂਠ ਇਸ ਕਰਕੇ। ਕਿੰਨਾ ਬਾਅਦ ਮਹਾਤਮਾ ਬੁੱਧ ਦਾ ਗਿਆਨ ਸੰਸਾਰ ਦੇ ਨਾਲ ਉਹਦਾ ਕਿੰਨੀ ਮੱਤ ਚੱਲੀ ਹੈ। ਸੋ ਇਸ ਕਰਕੇ ਗਿਆਨ ਹੈ ਮੌਤ। ਗੌਤਮ ਰਿਸ਼ੀ ਕਹਿੰਦਾ ਤਪੱਸਿਆ ਕੀਤੀ, ਪਰ ਮਰਨਾ ਸੱਚ ਹੈ, ਜਿਉਣੇ ਝੂਠ ਹੈ। 80,000 ਵਰਸ ਤਪੱਸਿਆ ਕੀਤੇ, ਫਿਰ ਉਹਨੂੰ ਜਾਣਾ ਪੈ ਗਿਆ। ਗੌਤਮ ਰਿਸ਼ੀ ਨੇ 60,000 ਵਰਸ ਪਰ ਤਪੱਸਿਆ ਕੀਤੇ, ਜਾਣਾ ਉਹਨੂੰ ਵੀ ਪੈ ਗਿਆ। ਸੋ ਇਸ ਕਰਕੇ ਕਹਿਣਾ ਹੈ ਵੀ ਇਹ ਤਾਂ ਜੀਵਨ ਆਇਆ ਕਾਹਦੇ ਲਈ ਆਇਆ ਸੀ, ਇਹ ਤਾਂ ਜੀਵਨ 'ਚ ਕੁਛ ਕਰਕੇ ਜਾਈਏ। ਇਸ ਪਰਿਵਾਰ ਨੇ ਜੇ ਆਪਣੇ ਇਸ ਸੰਸਾਰ 'ਚ ਆ ਕੇ ਇਸ ਸਨਾਮ ਦੇ ਨੇੜੇ ਰਹਿ ਕੇ, ਔਰ ਦਾਨੀਆਂ ਦਾ ਵੀ ਕੋਈ ਘਾਟ ਨਹੀਂ, ਜਦ ਮਹਾਂਪੁਰਸ਼ ਮਿਲਿਆ ਵਾਲਿਆਂ ਨੇ ਕਾਜ ਬਣਾਉਣ ਲੱਗੇ, ਕਿਉਂਕਿ ਬਹੁਤ ਸਨੇਹ ਸੀ ਉਹਨਾਂ ਨਾਲ। ਸਦਾ ਇਹਨਾਂ ਨੇ ਗੁਰਦਾ ਸਦਾ ਗੁਰਦਾਸ ਸਿੰਘ ਨੇ ਜ਼ਮੀਨ ਦੀ ਔਫਰ ਕਰਤੀ, ਬਾਬਾ ਜੀ ਇੱਥੇ ਜ਼ਮੀਨ ਬਣਾਓ। ਇਹ ਕਾਜ ਮਾਤਾ ਗੁਜਰ ਕੌਰ ਕਾਲਜ, ਕਿਉਂਕਿ ਸਕੂਲ ਉਹ ਪਿਆ ਕਿ ਸਕੂਲ ਗੁਰਦੁਆਰੇ ਬਹੁਤ ਬੜਾ ਕੁਛ ਬਣਾ ਕੇ ਗਏ ਨੇ, ਉਹਦੀ ਦੇਖਭਾਲ ਦਾ ਸਮਾਂ ਹੀ ਬਹੁਤ ਜ਼ਿਆਦਾ ਟਾਈਮ ਲੱਗਦਾ। ਤਾਂ ਅਸੀਂ ਕਹਿੰਦੇ ਜਦ ਕਾਲਜ ਦਾ ਸਭ ਤੋਂ ਵੱਧ ਹੀ ਬਣਾ, ਫਿਰ ਪਰ ਜ਼ੋਰ ਪੈ ਗਿਆ ਇੱਧਰ ਜਨਮ ਅਸਥਾਨ ਸੁੱਧ ਗਾਉਣ ਔਰ ਸਾਧਤਾਂ ਨੇ, ਜੋ ਜਿੰਨੇ ਘਰਾਟ ਨੇ ਇੱਥੇ ਨੇੜੇ ਤੇੜੇ ਦੀਆਂ ਸੰਗਤਾਂ ਹੋਣਗੀਆਂ, ਦੇਖਿਆ ਸਾਰੀ ਚੀਜ਼ ਬਖਸ਼ਿਸ਼ ਲਈ। ਸਭ ਤੋਂ ਪਹਿਲਾਂ ਜਿਹੜਾ ਸਿਮੈਂਟ ਦਾ ਪੈਰ ਇੱਕ ਗੱਡੀ ਭੇਜੀ ਤਾਂ ਸੁਖਦੇਵ ਸਿੰਘ ਸੰਧੂ ਨੇ ਭੇਜੀ। ਅਸੀਂ ਤਾਂ ਕਹਿੰਦੇ ਦਾਨੀਆਂ 'ਚ ਵੀ ਮੂਹਰੇ, ਦਾਨੀਆਂ 'ਚ ਕਿਉਂ ਮੂਹਰੇ? ਸਰਦਾਰ ਗੁਰਦਿਆਲ ਸਿੰਘ ਦਾ ਸੰਸਕਾਰ ਦਿੱਤਾ ਸੀ। ਸੋਚ ਕਰਕੇ ਕਹਿੰਦੇ ਪਾਣੀ ਦੀ ਚੁੱਕਦੇ ਦਾ ਕਿੱਥੇ ਵਿਚਾਰ ਕਰ ਲਓ, ਇੰਨੇ ਸਮਾਂ ਲੰਘਾ ਦਿਓ। ਸੰਗਤਾਂ ਬੈਠੇ 11 ਵਜੇ ਦੀਆਂ, 2:01 ਵਜੇ। ਸੋ ਇਸ ਕਰਕੇ ਪੁੱਤਰ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਅੱਜ ਸੰਸਾਰ 'ਚ 3 ਤਰ੍ਹਾਂ ਦੇ ਪੁੱਤਰ ਜ਼ਿਆਦਾ ਗੱਡੇ ਹੋ ਜਾਂਦੇ, 3 ਤਰ੍ਹਾਂ ਦੇ। ਇੱਕ ਤਾਂ ਪੁੱਤਰ ਹੁੰਦੇ ਨੇ, ਜੇ ਕੋਈ ਆਵੇ ਨਾ ਉਹਦਾ ਦੁੱਖ ਵਾਧਾ ਹੁੰਦਾ। ਕੁਝ ਕਰਕੇ ਕਹਿ ਰਿਹਾ ਸਾਰਿਆਂ ਸੰਗਤਾਂ ਦੀਆਂ, ਬਾਬਾ ਕਮਰੇ ਵਾਲੇ ਦੀ ਸੰਪਦਾ ਹੈ ਤੁਹਾਨੂੰ ਸਾਰਿਆਂ ਦੀ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਵੱਧ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।